ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਜੇਲ੍ਹ 'ਤੇ ਹੋਈ ਇੰਟਰਵਿਊ ਦਾ ਮਾਮਲਾ ਔਰ ਪੰਜਾਬ ਦੀ ਜਿਹੜੀ SIT ਸੀਗੀ ਪੁਲਿਸ ਦੀ ਉਹਦੀ ਰਿਪੋਰਟ ਹੈ ਕਿ ਜੇਲ੍ਹ ਜਿਹੜੀ ਇੰਟਰਵਿਊ ਹੋਈ ਹੈ ਉਹ CIA ਖਰੜ ਹੋਈ ਹੈ। ਹਾਈ ਕੋਰਟ ਵਿੱਚ ਜਦੋਂ ਜਾਂਚ ਰਿਪੋਰਟ ਆਉਂਦੀ ਹੈ ਤਾਂ ਜਸਟਿਸ ਅਨੁਪਿੰਦਰ ਅਗਰਵਾਲ ਦੀ ਬੈਂਚ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਇਹ ਪਹਿਲੀ ਜਿਹੜੀ ਇੰਟਰਵਿਊ ਹੈ ਉਹ CIA ਖਰੜ ਅਤੇ ਦੂਜੀ ਇੰਟਰਵਿਊ ਰਾਜਸਥਾਨ ਹੋਈ ਹੈ। ਸਾਡੇ ਨਾਲ ਗੌਰਵ ਬਈਆ ਨੇ ਜਿਨ੍ਹਾਂ ਨੇ ਪਟੀਸ਼ਨ ਵੀ ਫਾਈਲ ਕੀਤੀ ਸੀ। ਗੌਰਵ ਜੀ, ਹੁਣ ਤਾਂ ਇਹ ਹੈ ਜਾਂਚ ਰਿਪੋਰਟ ਆਈ ਹੈ ਕਿ ਉਹਦੇ ਵਿੱਚ ਕਿਹਾ ਗਿਆ ਕਿ ਇਹ CIA ਖਰੜ ਹੋਈ ਹੈ ਇੰਟਰਵਿਊ। ਤੁਸੀਂ ਐਪਲੀਕੇਸ਼ਨ ਪਾਈ ਸੀਗੀ ਕਿ ਇੰਟਰਵਿਊ ਪੰਜਾਬ 'ਚ ਹੋਈ ਹੈ ਜਾਂ ਕਿੱਥੇ ਹੋਈ ਹੈ, ਜਾਂਚ ਮੰਗੀ ਸੀਗੀ? ਸਰ ਮੈਂ ਆਕਾਸ਼ ਜੀ, ਆਓ ਇਧਰ। ਮੈਂ ਸਰ, ਅਸੀਂ ਨਾ ਪਿਛਲੇ 2 ਸਾਲ ਤੋਂ ਇਸ ਕੇਸ ਦੀ ਲੜਾਈ ਲੜ ਰਹੇ ਹਾਂ। ਮੇਰੇ ਛੋਟਾ ਬ੍ਰਦਰ ਆਕਾਸ਼ ਮਨੋਚਾ ਇਹ ਉਹਦੇ 'ਚ ਪਟੀਸ਼ਨਰ ਹੈ, ਮੈਂ ਉਹਦਾ ਐਡਵੋਕੇਟ ਹਾਂ। ਅਸੀਂ ਇਸ ਚੀਜ਼ ਤੋਂ ਚਿੰਤਿਤ ਸੀਗੇ ਕਿ ਜੇ ਅਪਰਾਧੀ ਨੇ ਜਿਹੜੇ, ਉਹਨਾਂ ਨੂੰ ਤੁਸੀਂ ਇੱਕ ਓਪਨ ਪਲੇਟਫਾਰਮ ਦੇ ਦੋਗੇ ਕਿ ਉਹ ਪਬਲਿਕਲੀ ਇੰਟਰਵਿਊ ਕਰ ਰਹੇ ਨੇ, ਇੱਥੇ ਪੱਤਰਕਾਰਤਾ ਵੀ ਕੁਐਸਚਨ 'ਚ ਆ ਜਾਂਦੀ ਹੈ ਅਤੇ ਇੱਥੇ ਇੰਟਰਵਿਊ ਦੇਣ ਵਾਲਾ ਤਾਂ ਆਲਰੇਡੀ 70-75 ਕੇਸਾਂ ਦਾ ਦੋਸ਼ੀ ਹੈ ਔਰ ਉਹਦੇ ਉੱਤੇ ਕੇਸ ਚੱਲਦੇ ਪਏ ਹੈ, ਉਹਨੂੰ ਇੱਕ ਮੰਨਿਆ ਹੋਇਆ ਗੈਂਗਸਟਰ ਕੰਸਿਡਰ ਕੀਤਾ ਜਾਂਦਾ ਹੈ। ਲੇਕਿਨ ਉਹ ਗੈਂਗਸਟਰ ਦੀਆਂ ਕਾਰਵਾਈਆਂ ਕਰਾਉਣ ਵਾਸਤੇ ਕੋਈ ਆਫਿਸਰ ਵੀ ਜ਼ਿੰਮੇਵਾਰ ਹੋਣਗੇ ਜਿਹੜੇ ਉਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਾ ਰਹੇ ਨੇ। ਅੱਜ ਦੇ ਜਿਹੜਾ ਕੋਰਟ ਦੇ ਅੰਦਰ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਇਹ ਸਾਬਤ ਹੋ ਗਿਆ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਹੀ ਕੁਝ ਕਾਲੀਆਂ ਭੇਡਾਂ ਨੇ, ਕੁਝ ਆਫਿਸਰਸ ਨੇ ਜਿਹੜੇ ਲੋਰੈਂਸ ਬਿਸ਼ਨੋਈ ਨੂੰ ਪ੍ਰੋਟੈਕਟ ਕਰ ਰਹੇ ਨੇ ਔਰ ਉਹਦੇ ਕੋਲ ਜਿਵੇਂ ਚਾਹੁੰਦੇ ਆ ਉਸ ਤਰੀਕੇ ਦਾ ਕੰਮ ਕਰਾ ਲੈਂਦੇ ਆ। ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਕਲੀਅਰ ਹੋ ਗਿਆ ਕਿ CIA ਸਟਾਫ ਖਰੜ, ਜਿਹੜਾ ਕਿ ਬਹੁਤ ਹੀ ਸੀਕਰੇਟ, ਬਹੁਤ ਹੀ ਪ੍ਰੋਟੈਕਟਿਡ ਔਰ ਬੜਾ ਹੀ ਇੱਕ ਐਸਾ ਇਨਵਾਇਰਮੈਂਟ ਕੰਸਿਡਰ ਕੀਤਾ ਜਾਂਦਾ ਜਿਹਦੇ 'ਚ ਕੋਈ ਬ੍ਰੀਚ ਨਹੀਂ ਹੋ ਸਕਦੀ, ਲੇਕਿਨ ਜੇ ਉੱਥੋਂ ਦੇ ਆਫਿਸਰ ਹੀ ਇੰਟਰਵਿਊਜ਼ ਕਰਵਾ ਰਹੇ ਨੇ ਅਪਰਾਧੀਆਂ ਦੀ ਓਵਰ, ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ, ਤੇ ਇਹਦਾ ਮਤਲਬ ਸਾਫ਼ ਹੈ ਕਿ ਕਿਤੇ ਨਾ ਕਿਤੇ ਕੋਈ ਲਾਰਜ ਲੈਵਲ ਤੇ ਕੌਨਸਪੀਰੇਸੀ ਚੱਲ ਰਹੀ ਹੈ। ਵੱਡੇ ਲੈਵਲ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਜਿਹੜਾ ਮਰਡਰ ਕੇਸ ਹੈ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਜਿਹੜਾ ਕੋਰਟ ਨੇ ਕਿਹਾ ਉਹ ਜਾਂਚ ਰਿਪੋਰਟ ਵਿੱਚ ਆਇਆ? ਹਾਂਜੀ ਬਿਲਕੁਲ, ਜਾਂਚ ਰਿਪੋਰਟ 'ਚ ਆਇਆ ਔਰ ਮਾਨਯੋਗ ਕੋਰਟ ਦੇ ਆਰਡਰ ਦੇ ਵਿੱਚ ਵੀ ਆਏਗਾ, ਕਿਉਂਕਿ ਕੋਰਟ ਨੇ ਅੱਜ ਆਨਰੇਬਲ ਕੋਰਟ ਨੇ ਪਿਛਲੀ ਤਰੀਕ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ, ਕਿਉਂਕਿ ਪਿਛਲੀ ਤਰੀਕ ਤੇ ਜੇ ਤੁਹਾਨੂੰ ਯਾਦ ਹੋਵੇ ਕੋਰਟ ਦੇ ਵਿੱਚ ਪ੍ਰਮੋਦ ਕੁਮਾਰ ਜੀ ਨੇ ਇਹ ਗੱਲ ਕਹਿਤੀ ਸੀਗੀ ਕਿ ਇੰਟਰਵਿਊ ਫਸਟ ਜਿਹੜੀ ਹੈ ਉਹ ਪੰਜਾਬ ਦੀਆਂ ਹੱਦਾਂ ਦੇ ਅੰਦਰ ਹੋਈ ਹੈ, ਲੇਕਿਨ ਉਸ ਦੇ ਬਾਵਜੂਦ ਪੂਰਾ ਮੀਡੀਆ ਤੰਤਰ ਜਿਹੜਾ ਗਵਰਨਮੈਂਟ ਦਾ ਹੈ ਤੇ ਜਿਹੜਾ ਉਹਨਾਂ ਦਾ ਪੁਲਿਸ ਦਾ ਤੰਤਰ ਹੈ, ਜਿਹੜਾ ਉਹਨਾਂ ਦਾ PR ਰਿਲੇਸ਼ਨਸ ਹੈ, ਉਹ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇੰਟਰਵਿਊ ਜਿਹੜੀ ਹੈ, ਪ੍ਰਮੋਦ ਕੁਮਾਰ ਜੀ ਨੇ ਐਸੀ ਕੋਈ ਰਿਪੋਰਟ ਨਹੀਂ ਦਿੱਤੀ ਕਿ ਇੰਟਰਵਿਊ ਜਿਹੜੀ ਹੈ ਉਹ ਪੰਜਾਬ 'ਚ ਹੋਈ ਹੈ ਜਾਂ ਪੰਜਾਬ 'ਚੋਂ ਬਾਹਰ ਹੋਈ ਹੈ। ਲੇਕਿਨ ਅੱਜ ਜੋ ਕੋਰਟ ਦੇ ਵਿੱਚ ਆਰਡਰ ਦੇ ਵਿੱਚ ਜਦੋਂ ਆ ਗਿਆ ਫਿਰ ਉਸ ਤੋਂ ਬਾਅਦ ਕੋਈ ਸ਼ੱਕ ਸ਼ੁਬਾ ਦੀ ਨਹੀਂ ਰਹਿ ਜਾਂਦੀ ਔਰ ਉਲਟਾ ਮਾਨਯੋਗ ਹਾਈਕੋਰਟ ਨੇ ਇਹ ਵੀ ਨਿਸ਼ਚਿਤ ਕੀਤਾ ਕਿ ਜਿਹੜਾ ਬੰਦਾ ਐਗਜੈਕਟਲੀ ਰਿਸਪੋਂਸੀਬਲ ਹੈ ਉਹਦੇ 'ਤੇ ਤਾਂ ਕਾਰਵਾਈ ਹੋਏਗੀ, ਲੇਕਿਨ ਜਿਹੜਾ ਉਹਦੇ ਉੱਤੇ ਸੁਪਰਵਾਈਜ਼ਰੀ ਆਫਿਸਰ ਸੀਗਾ ਉਹਦੇ 'ਤੇ ਵੀ ਕਾਰਵਾਈ ਹੋਏ ਤਾਂ ਕਿ ਕਿਸੇ ਇੱਕ ਛੋਟੇ ਜਿਹੇ ਮੁਲਾਜ਼ਮ ਨੂੰ ਫਸਾ ਕੇ ਅਤੇ ਉਹਨੂੰ ਕੀਤਾ ਮਤਲਬ ਕੇਸ ਨੂੰ ਰਫਾ ਦਫਾ ਨਾ ਕੀਤਾ ਜਾ ਸਕੇ। ਕਿਹਾ ਗਿਆ ਕਿ ਪੰਜਾਬ ਪੁਲਿਸ ਸ਼ਾਨਦਾਰ ਹੈ ਲੇਕਿਨ ਬਲੈਕ ਸ਼ੀਪ ਨੇ, ਕਾਲੀ ਭੇਡਾਂ ਨੇ, ਉਹਨਾਂ ਦੀ ਜਾਂਚ ਕੀਤੀ, ਉਹਨਾਂ ਦੀ ਪਹਿਚਾਣ ਕੀਤੀ ਜਾਵੇ, ਨਾਲੇ DGP ਨੂੰ ਕਿਹਾ ਕਿ ਐਫੀਡੇਵਿਟ ਫਾਈਲ ਕਰਨ ਕਿ ਜੇਲ੍ਹਾਂ ਤੋਂ ਕਿੰਨੇ ਥ੍ਰੈਟ ਦੇ ਮਾਮਲੇ ਗਏ, ਕਿੰਨੀ ਫਿਰੌਤੀਆਂ ਮੰਗੀ ਗਈਆਂ। ਬਿਲਕੁਲ ਸਰ, ਦੇਖੋ ਆਪਾਂ ਜਦੋਂ ਪੁਲਿਸ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਪੰਜੋਂ ਉਂਗਲਾਂ ਬਰਾਬਰ ਨੇ, ਚੰਗੇ ਆਫਿਸਰਸ ਵੀ ਹੈਗੇ ਨੇ, ਮਾੜੇ ਆਫਿਸਰਸ ਵੀ ਹੈਗੇ ਨੇ, ਕੌਨਸਪੀਰੇਸੀ ਕਰਨ ਵਾਲੇ ਆਫਿਸਰਸ ਵੀ ਹੈਗੇ ਨੇ, ਗੈਂਗਸਟਰਿਜ਼ਮ ਨੂੰ ਬੜਾਵਾ ਦੇਣ ਵਾਲੇ ਆਫਿਸਰਸ ਵੀ ਨੇ। ਮੈਂ ਇਹਨੂੰ ਇਹ ਸੋਚਦਾ ਕਿ ਜਿਹੜੇ ਬੰਦੇ ਨੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਉਹ ਬਹੁਤ ਪਾਵਰਫੁਲ ਆਦਮੀ ਹੋਏਗਾ, ਉਹਦੀ ਸਰਕਾਰ ਦਰਬਾਰ ਚੰਗੀ ਉੱਠ ਕੇ 'ਚ ਹੋਏਗੀ। ਉਸ ਬੰਦੇ ਦੇ ਉੱਤੇ ਭਗਵੰਤ ਮਾਨ ਜੀ ਨੂੰ, ਚੀਫ ਮਿਨਿਸਟਰ ਸਾਹਿਬ ਨੂੰ ਅੱਜ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦੇ ਉੱਤੇ ਨਿਗਾਹ ਰੱਖ ਕੇ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ, ਉਹਨਾਂ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਨਿਸ਼ਚਿਤ ਕਰਕੇ ਉਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਸਰਵਿਸ ਤੋਂ, ਕਿਉਂਕਿ ਇਹ ਇਹੋ ਜਿਹੜੇ ਐਕਟਸ ਨੇ ਉਹਨਾਂ ਦੇ ਨਾਲ ਪਬਲਿਕ ਦਾ
ਪੁਲਿਸ ਡਿਪਾਰਟਮੈਂਟ ਤੋਂ ਭਰੋਸਾ ਉਤਰਦਾ ਔਰ ਜਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਉਹਨਾਂ ਲੋਕਾਂ ਵਾਸਤੇ ਵੀ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਇਹ ਪਤਾ ਚੱਲੇ ਕਿ ਜਿਹੜਾ ਗੈਰ ਇਮਾਨਦਾਰੀ ਨਾਲ ਕੰਮ ਕਰਦਾ ਜਾਂ ਬੇਵਨੀ ਨਾਲ ਕੰਮ ਕਰਦਾ ਉਹਦੇ ਖਿਲਾਫ਼ ਐਕਸ਼ਨ ਵੀ ਫਿਰ ਹੁੰਦਾ। ਲਾਸਟ ਸਵਾਲ, ਅਗਲੀ ਡੇਟ ਵਿੱਚ ਕੀ ਹੋਏਗਾ ਤੇ ਅਗਲੀ ਡੇਟ ਕਦੋਂ? ਸਰ, ਅਗਲੀ ਡੇਟ ਕੋਰਟ ਨੇ 5-9 ਦੀ ਫਿਕਸ ਕੀਤੀ ਹੈ ਜੀ। ਕੋਰਟ ਇਹ ਨਿਸ਼ਚਿਤ ਕਰੇਗੀ ਕਿ ਕਿਹੜੇ ਜਿਹੜੇ ਅਪਰਾਧੀ ਵਿਅਕਤੀ ਨੇ ਜਿਨ੍ਹਾਂ ਨੇ ਇਸ ਇੰਟਰਵਿਊ ਨੂੰ ਕਰਵਾਉਣ ਦੇ ਵਿੱਚ ਮਦਦ ਦਿੱਤੀ ਹੈ, ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਈ ਜਾਂ ਨਾ ਹੋਈ, ਮਤਲਬ ਸਾਰਾ ਕੁਝ ਕੋਰਟ ਦੀ ਨਿਗਰਾਨੀ ਦੇ ਹੇਠ ਹੋਏਗਾ। ਦੂਸਰਾ, ਕਿਉਂਕਿ ਜੇਲ੍ਹਾਂ ਦੇ ਸੁਧਾਰ ਦੇ ਸੰਬੰਧੀ ਕੰਮ ਚੱਲ ਰਿਹਾ, ਕੋਰਟ ਬਹੁਤ ਫਾਸਟਲੀ ਉਹਦੇ 'ਤੇ ਐਕਟ ਕਰ ਰਹੀ ਹੈ, ਟੈਂਡਰ ਫਲੋਟ ਹੋ ਚੁੱਕੇ ਨੇ ਔਰ ਸਰਕਾਰ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਚੀਫ ਸੈਕਟਰੀ ਸਾਹਿਬ ਨੂੰ ਕਿ ਤੁਸੀਂ ਫੰਡ ਦੇ ਵਿੱਚ ਕਮੀ ਨਹੀਂ ਰੱਖਣੀ, ਜੋ ਸਰਕਾਰ ਪੁਲਿਸ ਡਿਪਾਰਟਮੈਂਟ ਨੂੰ ਜੇਲ੍ਹ ਡਿਪਾਰਟਮੈਂਟ ਨੂੰ ਚਾਹੀਦਾ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਓ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਜੇਲ੍ਹਾਂ ਦੀ ਸਿਕਿਉਰਿਟੀ ਦਾ ਮਾਮਲਾ ਜਿਹੜਾ ਹੈਗਾ ਉਹ ਆਪਦੇ ਅੰਤ ਤੱਕ ਪਹੁੰਚ ਸਕੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਸੀਗੇ ਐਡਵੋਕੇਟ ਗੌਰਵ ਭਈਆ, ਔਰ ਹੁਣ 5 ਸਤੰਬਰ ਨੂੰ ਜਿਹੜੀ ਹੈਗੀ ਹੈ ਅਗਲੀ ਸੁਣਵਾਈ ਹੋਏਗੀ 5 ਤਰੀਕ ਨੂੰ।